ਸਤਿ ਸ਼੍ਰੀ ਅਕਾਲ, ਵੈਲਕਮ ਟੂ ਯੂਰਪ ਵਾਲੇ ਵਲੋਗ। ਸੋ ਅੱਜ ਅਸੀਂ ਜਾ ਰਹੇ ਹਾਂ ਵਾਪਸ ਲਿਸਬਨ ਅਤੇ ਤੁਹਾਨੂੰ ਦਿਖਾਵਾਂਗੇ ਫਲਾਈਟ ਦੀ ਜਰਨੀ ਔਰ ਰਿਵਿਊ ਏਅਰਲਾਈਨ ਦਾ ਅਤੇ ਬਾਕੀ ਮਾਰਦੇ ਹਾਂ ਗੱਲਾਂ ਬਾਤਾਂ ਹੋਰ ਤੁਹਾਡੇ ਨਾਲ। ਅਤੇ ਚੱਲੀਏ ਆਪਾਂ ਸਫ਼ਰ 'ਤੇ, ਬੋਰਡਿੰਗ ਦਾ ਟਾਈਮ ਆ ਗਿਆ ਆ ਅਤੇ ਸਵੇਰ ਦੀ ਫਲਾਈਟ ਆ ਸਾਡੀ। ਲੈਂਡਿੰਗ ਹੋਣ ਲੱਗੀ ਹੈ ਮੈਡਰਿਡ। ਮਿਊਨਿਕ ਤੋਂ ਤਾਂ ਬਹੁਤ ਵਧੀਆ ਟੇਕ ਆਫ ਕੀਤਾ ਸੀ, ਪਰ ਹੁਣ ਫਿਰ ਦੁਬਾਰਾ ਟਰਬੂਲੈਂਸ ਐਂਡ ਉਹੀ ਕੁਛ ਹੀ ਹੈ। ਪਤਾ ਨਹੀਂ ਮੈਡਰਿਡ 'ਚ ਹੀ ਕੋਈ ਪ੍ਰੋਬਲਮ ਹੈ। ਉਹ ਭਾਈ ਸਾਹਿਬ, ਭਾਈ ਮਮਾ, ਆਈ ਮਮਾ ਥੋੜੇ ਥੋੜੇ ਡਰ ਲੱਗ ਰਿਹਾ ਹੈ। ਲੈਂਡਿੰਗ ਹੋਣੀ ਲੱਗੀ ਹੈ ਬਸ। ਓਏ ਫਿਰ ਸਟ੍ਰੈਂਥ ਲੈਂਡਿੰਗ ਹੋਣ ਲੱਗੀ ਹੈ, ਹੁਣ ਨਹੀਂ ਕਰ ਸਕਦੇ ਬਾਬਾ। ਆਂਟੀ ਆ ਗਏ, ਆਂਟੀ 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 ਸਾਡੀ ਜਰਮਨੀ ਤੋਂ ਲਿਸਬਨ ਦੀ ਜਰਮਨ ਇਹ ਸੀ ਸਾਡੀ ਜਰਮਨੀ ਤੋਂ ਲਿਸਬਨ ਦੀ ਜਰਨੀ
ਤੇ ਮੈਡ੍ਰਿਡ ਅਸੀਂ ਰੁਕੇ ਸੀ ਸਾਡੇ ਕਨੈਕਟਿੰਗ ਫਲਾਈਟ ਸੀ ਆਸ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਬਟ ਏਅਰ ਯੂਰੋਪਾ ਨਾ ਕਰਿਓ ਹੋਰ ਕੋਈ ਵੀ ਏਅਰਲਾਈਨ ਕਰ ਲਿਓ ਹੁਣ ਚੱਲਦੇ ਹਾਂ ਘਰੇ ਬਸ ਬਹੁਤ ਟਾਇਰਡ ਹੋ ਗਏ ਹਾਲਾਂਕਿ ਕੋਈ ਖਾਸ ਇੰਨੀ ਲੰਬੀ ਫਲਾਈਟ ਹੈ ਨਹੀਂ ਸੀ ਪਰ ਬੱਚੇ ਨਾਲ ਬਹੁਤ ਟਾਇਰਡ अरे कहना क्या चाहते हो पहुंच गया संगता मिल गए बैग चलो पहुंच गए फिर तो लिस्बोन लिस्बन पुर्तगाल वेलकम टू पुर्तगाल उतर जाओ भाई बाबा सट नाल वाली ਲਓ ਜੀ ਘਰ ਦੇ ਡੀਕਣ ਦੇ ਫਤਿਹ ਰਾਜ ਨੂੰ ਲਓ ਜੀ ਪਹੁੰਚ ਗਏ ਘਰ ਹੈਲੋ ਹੈਲੋ ਮੁਸਾਫਿਰ ਕਿੱਧਰ ਗਿਆ ਆਹ ਦੇ